ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆ ਇੰਚਾਰਜ ਡਾਕਟਰ ਕਮਲਜੀਤ ਸਿੰਘ ਕੇਜੇ ਦੇ ਪ੍ਰਬੰਧਕਾਂ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਕੁਲਦੀਪ ਸਿੰਘ ਧਾਲੀਵਾਲ ਜ਼ੋਨ ਪ੍ਰਧਾਨ, ਮੈਰੀ ਕਲਸੀ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ, ਐਡਵੋਕੇਟ ਸ਼ਿਵ ਚਰਨ ਸਿੰਘ, ਪਾਰਥ ਭੂਸ਼ਣ ਸ਼ਰਮਾ, ਗੁਰਦਾਸਪੁਰ ਪੀਟਰ ਚੀਦਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਹੋਏ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨਾਲ ਕੇਜਰੀਵਾਲ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਹਨ, ਜਿਵੇਂ ਸਸਤੀ ਬਿਜਲੀ, ਫ੍ਰੀ ਪਾਣੀ, ਔਰਤਾਂ ਨੂੰ ਫ੍ਰੀ ਸਫ਼ਰ, ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ, ਮੈਡੀਕਲ ਸਹਾਇਤਾ, ਪੜ੍ਹਾਈ ਫ੍ਰੀ ਅਤੇ ਹੋਰ ਆਮ ਜਨਤਾ ਦੀ ਸਹੂਲਤ ਵਾਸਤੇ ਕੰਮ ਕੀਤੇ। ਤਾਂ ਹੀ ਜਨਤਾ ਨੇ ਵੀ ਕੇਜਰੀਵਾਲ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਜੇਕਰ ਸਾਨੂੰ ਇਹ ਸਹੂਲਤਾਂ ਚਾਹੀਦੀਆਂ ਹਨ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਪਾਰਟੀ ਦੇ ਹੱਥ ਮਜ਼ਬੂਤ ਕਰੋ। ਉਹਨਾਂ ਪਾਰਟੀ ਦਾ ਇੱਕ ਟੋਲ ਫ੍ਰੀ ਨੰਬਰ 9870-10-101 ਦਿੰਦੇ ਹੋਏ ਕਿਹਾ ਕਿ ਕੋਈ ਵੀ ਇਸ ਨੰਬਰ 'ਤੇ ਮਿਸ ਕਾਲ ਕਰਕੇ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਇੰਚਾਰਜ ਆਮ ਆਦਮੀ ਪਾਰਟੀ ਕਾਦੀਆਂ, ਅੱਜ ਅਸੀਂ ਹਲਕਾ ਕਾਦੀਆਂ ਦੀ ਵਲੰਟੀਅਰਸ ਦੀ ਮੀਟਿੰਗ ਕਰ ਰਹੇ ਹਾਂ ਔਰ ਮੀਟਿੰਗ ਦੇ ਵਿੱਚ ਅਸੀਂ ਸਾਰੇ ਵਲੰਟੀਅਰਸ ਨੂੰ ਇਹ ਸੰਦੇਸ਼ ਦੇਣ ਲੱਗੇ ਹਾਂ ਕਿ ਜੋ ਆਮ ਆਦਮੀ ਪਾਰਟੀ ਦੀ ਲੇਟੈਸਟ ਜੋ ਸਾਡੀ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ, ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਈ ਹੈ, ਉਸ ਪ੍ਰਤੀ ਲੋਕਾਂ ਨੂੰ ਅਸੀਂ ਆਪਣੇ ਵਲੰਟੀਅਰਸ ਨੂੰ ਜਿਹੜਾ ਜਾਗਰਿਤ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਮੈਂ ਸਾਰੇ ਵਲੰਟੀਅਰਸ ਨੂੰ ਔਰ ਹਲਕਾ ਕਾਦੀਆਂ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ, ਜਿਹਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੂਰੇ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਬੜੀ ਵੱਡੀ ਚੇਂਜ ਲਿਆਤੀ ਹੈ ਔਰ ਹੁਣ ਜਿਹੜੀਆਂ ਸਰਕਾਰਾਂ ਆਉਣਗੀਆਂ ਉਹ ਵਿਕਾਸ ਦੇ ਨਾਂ 'ਤੇ ਸਰਕਾਰਾਂ ਆਉਣਗੀਆਂ, ਫਿਰਕੂਪਣੇ ਦੇ ਨਾਂ 'ਤੇ ਨਹੀਂ ਆਉਣਗੀਆਂ, ਦੰਗਿਆਂ ਦੇ ਨਾਂ 'ਤੇ ਨਹੀਂ ਆਉਣਗੀਆਂ, ਝੂਠ ਫਰੇਬ ਦੇ ਨਾਂ 'ਤੇ ਨਹੀਂ ਆਉਣਗੀਆਂ। ਸੋ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਇਹਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੇ ਛਤਰਛਾਇਆ ਹੇਠ ਪਾਰਟੀ ਦਾ ਇੱਕ ਨੰਬਰ ਜਿਹੜਾ ਉਹ ਜਾਰੀ ਕਰਨਾ ਹੈਗਾ, ਨੰਬਰ ਜਿਹੜਾ ਹੈਗਾ ਉਹਦੇ 'ਚ ਅਸੀਂ ਮਿਸ ਕਾਲ ਕਰਨੀ ਹੈ ਰਾਸ਼ਟਰੀ ਨਿਰਮਾਣ ਜਿਹੜੀ ਯੋਜਨਾ ਹੈਗੀ, ਤਾਂ ਜੀ ਲੋਕ ਜਿਹੜੇ ਨੇ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਔਰ ਇਸ ਨੰਬਰ ਦੇ ਉੱਪਰ ਮਿਸ ਕਾਲ ਕਰਕੇ ਉਹਨਾਂ ਨੇ ਮੈਂਬਰਸ਼ਿਪ ਆਪਣੀ ਲੈਣੀ ਹੈਗੀ। ਨੰਬਰ ਹੈਗਾ 9871-01-01-01। ਕੋਈ ਵੀ ਵਿਅਕਤੀ ਜਿਹੜਾ ਹੈਗਾ ਸਾਡਾ ਜਿਹੜਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਬਣਨਾ ਉਹ ਇਸ ਨੰਬਰ ਦੇ ਉੱਪਰ ਮਿਸ ਕਾਲ ਕਰ ਸਕਦਾ। ਮਿਸ ਕਾਲ ਕਰਨ ਤੋਂ ਬਾਅਦ ਫਿਰ ਸਾਡੇ ਵਲੰਟੀਅਰ ਜਿਹੜੇ ਸਾਡੀ ਟੀਮ ਹੈ ਉਹਨਾਂ ਨੂੰ ਸੰਪਰਕ ਕਰੇਗੀ, ਉਹਨਾਂ ਦਾ ਸਾਰਾ ਬਾਇਓਡਾਟਾ ਲੈ ਕੇ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਇਸ ਤਰ੍ਹਾਂ ਅਸੀਂ ਹਰ ਪਿੰਡ ਦੇ ਵਿੱਚ, ਹਰ ਵਾਰਡ ਦੇ ਵਿੱਚ, ਹਰ ਬੂਥ ਦੇ ਉੱਪਰ ਜਿਹੜੀ ਹੈਗੀ ਆਪਣੀਆਂ ਟੀਮਾਂ ਜਿਹੜੀਆਂ ਤਿਆਰ ਕਰਨੀਆਂ ਨੇ ਔਰ ਜਿਹੜਾ ਸਾਡਾ ਇਲੈਕਸ਼ਨ ਜਿਹੜਾ 2022 ਦਾ ਉਹਦਾ ਜਿਹੜਾ ਇਹ ਬਿਗਲ ਜਿਹੜਾ ਸਾਡਾ ਵੱਜ ਗਿਆ, ਅਸੀਂ ਤਿਆਰੀਆਂ ਜਿਹੜੀਆਂ ਕਮਰ ਕੱਸੇ ਕੱਸ ਲਏ ਨੇ, ਹੁਣ ਅਸੀਂ ਹਰ ਪਿੰਡ ਤੱਕ ਜਿਹੜੀ ਹੈ ਪਹੁੰਚ ਕਰਾਂਗੇ, ਹਰ ਬੂਥ ਤੱਕ ਪਹੁੰਚ ਕਰਾਂਗੇ, ਹਰ ਬੂਥ 'ਤੇ ਇੱਕ ਕਮੇਟੀ ਬਣੇਗੀ ਜਿਹਦੇ ਵਿੱਚ ਪਿੰਡ ਦੇ ਮੈਕਸੀਮਮ ਬੰਦੇ ਜਿਹੜੇ ਨੇ ਸ਼ਾਮਿਲ ਹੋਣਗੇ ਔਰ ਮੈਂ ਫਿਰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਅਗਰ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਅਗਰ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਣਾ, ਅਗਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣਾ, ਆਪਣਾ ਜਿਹੜਾ ਭਵਿੱਖ ਹੈਗਾ ਸੁਰੱਖਿਅਤ ਰੱਖਣਾ, ਆਓ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰੀਏ ਅਤੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ, ਭਾਰਤ ਨੂੰ ਅੱਗੇ ਲੈ ਕੇ ਚੱਲੀਏ। ਅੱਜ ਅਸੀਂ ਹਲਕਾ ਕਾਦੀਆਂ ਦੀ ਪਾਰਟੀ ਦੀ ਜਿਹੜੀ ਟੀਮ ਹੈ ਵਲੰਟੀਅਰ ਨੇ ਜਿਹੜੇ ਉਹਨਾਂ ਦੀ ਮੀਟਿੰਗ ਕਰ ਰਹੇ ਹਾਂ। ਸਾਡੇ ਇਸ ਹਲਕੇ ਦੇ ਇੰਚਾਰਜ ਸਾਡੇ ਸਟੇਟ ਦੇ ਜਨਰਲ ਸਕੱਤਰ ਡਾਕਟਰ ਕੇਜੇ ਜੀ ਉਹਨਾਂ ਦੀ ਅਗਵਾਈ 'ਚ ਮੀਟਿੰਗ ਕਰ ਰਹੇ ਹਾਂ। ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਸ਼ੈਰੀ ਕਲਸੀ ਜੀ ਬੋਲ ਰਹੇ ਆ, ਬਾਕੀ ਵੀ ਸਾਡੀ ਟੀਮ ਸਾਰੀ ਆਈ ਹੈ। ਅੱਜ ਅਸੀਂ ਮੀਟਿੰਗ ਦਾ ਸਾਡਾ ਮੰਤਵ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਭਗਵੰਤ ਮਾਨ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ 'ਚ ਸ਼ੁਰੂ ਕੀਤੀ ਹੈ। ਉਹਦੇ ਵਾਸਤੇ ਅਸੀਂ ਸਾਰੇ ਵਰਕਰਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਕਿੱਦਾਂ ਆਪਾਂ
ਬੂਥ ਲੈਵਲ ਤੱਕ ਜਾਣਾ, ਬੂਥ ਲੈਵਲ ਤੱਕ ਪਾਰਟੀ ਨੂੰ ਬਿਲਡ ਕਰਨਾ। ਔਰ ਬਹੁਤ ਸਾਰੇ ਲੋਕ, ਕਿਉਂਕਿ ਅਸੀਂ ਦਿੱਲੀ ਜਿੱਤੀ ਹੈ, ਪਾਰਟੀ ਪ੍ਰਤੀ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਹੈ। ਅਕਾਲੀ ਕਾਂਗਰਸੀ ਬਹੁਤ ਬੁਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹੈ ਅਤੇ ਲੋਕ ਇੱਕ ਨਵਾਂ ਬਦਲ, ਤੀਜਾ ਬਦਲ ਜਿਹੜਾ ਉਹ ਚਾਹੁੰਦੇ ਆ, ਉਹ ਬਦਲ ਜਿਹੜਾ ਉਹ ਆਮ ਆਦਮੀ ਪਾਰਟੀ ਹੈ। ਸੋ ਅਸੀਂ ਸਮਝ ਲਓ ਕਿ ਸਾਡੀ ਇਲੈਕਸ਼ਨ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਅਸੀਂ ਮੈਂਬਰਸ਼ਿਪ ਕਰਨੀ ਆ, ਆਪਣੇ ਬੂਥ ਮਜ਼ਬੂਤ ਕਰਨੀ ਆ, ਆਪਣੀਆਂ ਪਿੰਡਾਂ ਦੇ ਵਿੱਚ, ਵਾਰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਟੀਮਾਂ ਜਿਹੜੀਆਂ ਉਹ ਬਣਾਉਣੀਆਂ। ਇਹ ਜਿਹੜਾ ਸਾਡਾ ਹਲਕਾ ਕਾਦੀਆਂ, ਇਹਦੇ 3 ਕਸਬੇ ਕਾਫੀ ਵੱਡੇ ਪੈਂਦੇ ਆ, ਸ਼ਹਿਰ ਧਾਰੀਵਾਲ ਅਤੇ ਕਾਦੀਆਂ ਕੰਧਵਨ ਕਸਬਾ, ਬਾਕੀ ਇੱਥੇ ਪਿੰਡ ਨੇ। ਸੋ ਅਸੀਂ ਹਰ ਪਿੰਡ ਦੇ ਵਿੱਚ, ਹਰ ਵਾਰਡ ਦੇ ਵਿੱਚ ਆਪਣੀਆਂ ਕਮੇਟੀਆਂ ਜਿਹੜੀਆਂ ਗਠਿਤ ਕਰਨੀਆਂ, ਉਹਦੇ ਮੰਤਵ ਵਾਸਤੇ ਜਿਹੜਾ ਉਹ ਸਾਡੀ ਮੀਟਿੰਗ ਹੈ। ਦੂਜਾ, ਅਸੀਂ ਮਤਲਬ ਆਪਣੇ ਵਰਕਰਾਂ ਨੂੰ ਇਹ ਦੱਸ ਰਹੇ ਹਾਂ ਕਿ ਦਿੱਲੀ ਦੇ ਅੰਦਰ ਜੋ ਕੁਛ ਪਿਛਲੇ 3-4 ਦਿਨ 'ਚ ਹੋਇਆ ਉਹ ਬਹੁਤ ਘਟੀਆ ਹੋਇਆ, ਬਹੁਤ ਹੀ ਮਾੜਾ ਹੋਇਆ। ਔਰ ਇਹ ਸਪਸ਼ਟ ਹੋ ਗਿਆ ਕਿ BJP ਨੇ ਇੱਕ ਯੋਜਨਾਬੰਦ ਢੰਗ ਦੇ ਨਾਲ ਦਿੱਲੀ ਦੇ ਅੰਦਰ ਦੰਗੇ ਜਿਹੜੇ ਕਰਾਏ। ਇਹ ਚਿੰਤਾ ਦਾ ਵਿਸ਼ਾ ਹੈ ਕਿ ਉਸ ਰਾਜਧਾਨੀ ਜਿਹੜੀ ਸਾਡੇ ਦੇਸ਼ ਦੀ, ਉੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਈ। ਔਰ 30 ਤੋਂ ਉੱਪਰ ਬੰਦੇ ਜਿਹੜੇ ਆ, ਜਿਹੜੀ ਸਰਕਾਰ ਕਹਿ ਰਹੀ, ਪਤਾ ਨਹੀਂ ਹੋਰ ਕਿੰਨੇ ਬੰਦੇ ਵਰ ਗਏ, 200-250 ਬੰਦਾ ਜ਼ਖਮੀ ਹੋ ਗਿਆ, ਲੋਕਾਂ ਦੇ ਘਰ ਬਾਰ ਸਾੜਤੇ ਆ। ਸੋ ਅਸੀਂ ਇਹ ਵੀ ਆਪਣੇ ਵਰਕਰਾਂ ਨੂੰ ਸਾਰਾ ਮਤਲਬ ਜਿਹੜਾ ਉਹ ਜਾਗਰਤ ਕਰ ਰਹੇ ਹਾਂ ਵੀ ਆਪਾਂ ਕਿੱਦਾਂ ਇਹਨਾਂ ਫਿਰਕਾ ਬਸਤਾਰਤਾਂ ਤੋਂ ਜਿਹੜਾ ਉਹ ਬਚ ਕੇ ਰਹਿਣਾ। ਸੋ ਅੱਜ ਦੀ ਮੀਟਿੰਗ ਦੀ ਇਹ ਸਮਝ ਲਓ ਕਈ ਕਾਦੀਆਂ 'ਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਹੀ ਕੀਤਾ, ਮੈਂਬਰਸ਼ਿਪ ਸ਼ੁਰੂ ਕਰ ਰਹੇ ਹਾਂ ਅਤੇ ਆਪਣੀਆਂ ਬੂਥ ਲੈਵਲ ਦੀਆਂ ਕਮੇਟੀਆਂ ਗਠਨ ਕਰਨ ਲਈ ਅੱਜ ਦੀ ਅਸੀਂ ਮੀਟਿੰਗ ਕਰ ਰਹੇ ਹਾਂ। ਔਰ ਡਾਕਟਰ ਕੇ ਆਵਾਜ਼ ਕੌਮ TV ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।